ਦੋਸਤੋ ਪੰਜਾਬ ਪਟਿਆਲਾ ਵਿੱਚ ਭਰਤੀ ਦਾ ਨਿਆ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਜੀ। ਕਿਵੇਂ ਤੁਸੀਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਏਜ ਕੀ ਹੋਵੇਗੀ, ਕੁਆਲੀਫਿਕੇਸ਼ਨ ਕੀ ਹੋਵੇਗੀ, ਪੂਰਾ ਡਿਟੇਲ 'ਚ ਦੱਸਾਂਗਾ। ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਜੇਕਰ ਦੋਸਤੋ ਮੇਰੇ ਚੈਨਲ 'ਤੇ ਪਹਿਲੀ ਵਾਰ ਵਿਜਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਹਰ ਇੱਕ ਸਰਕਾਰੀ ਨੌਕਰੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ। ਚਲੋ ਦੋਸਤੋ ਅੱਜ ਦਾ ਵੀਡੀਓ ਸ਼ੁਰੂ ਕਰਦੇ ਹਾਂ। ਦੋਸਤੋ ਅੱਜ ਦਾ ਨੋਟੀਫਿਕੇਸ਼ਨ ਡੀਜ਼ਲ ਰੇਲ ਇੰਜਨ ਆਧੁਨਿਕਰਨ ਕਾਰਖਾਨਾ ਪਟਿਆਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਤਾ ਗਿਆ ਜੀ। ਨੋਟੀਫਿਕੇਸ਼ਨ 26/2/2020 ਨੂੰ ਜਾਰੀ ਕੀਤਾ ਗਿਆ ਜੀ। ਅਪਲਾਈ ਤੁਸੀਂ ਕਰਨਾ ਜੀ, ਔਨਲਾਈਨ ਅਪਲਾਈ ਕਰਨਾ ਜੀ। 27/2/2020 ਤੋਂ ਔਨਲਾਈਨ ਆਵੇਦਨ ਸਟਾਰਟ ਹੋ ਚੁੱਕਾ ਜੀ। ਲਾਸਟ ਡੇਟ ਆ ਜੀ 26/3/2020 ਤੱਕ ਤੁਸੀਂ ਔਨਲਾਈਨ ਆਵੇਦਨ ਕਰ ਸਕਦੇ ਹੋ ਜੀ। ਜੋ ਫੀਸ ਪੇਮੈਂਟ ਕਰਨਾ ਚਾਹੁੰਦੇ ਨੇ 30/3/2020 ਤੱਕ ਆਪਣੀ ਐਪਲੀਕੇਸ਼ਨ ਫੀਸ ਜਮ੍ਹਾਂ ਕਰ ਸਕਦੇ ਨੇ ਜੀ। ਔਰ ਲਾਸਟ ਟਾਈਮ ਹੈ ਜੀ 5 ਵਜੇ ਤੱਕ ਤੁਸੀਂ ਜਮ੍ਹਾਂ ਕਰ ਸਕਦੇ ਹੋ ਜੀ। ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ, ਇਹਦੇ ਉੱਪਰ ਜਾ ਕੇ ਤੁਸੀਂ ਔਨਲਾਈਨ ਆਵੇਦਨ ਕਰ ਸਕਦੇ ਹੋ ਜੀ। ਦੋਸਤੋ 3% ਆਰਕਸ਼ਣ ਦਿੱਤਾ ਜਾਵੇਗਾ ਜੀ, ਜੋ ਵਿਕਲਾਂਗ ਨੇ, ਜਿਨ੍ਹਾਂ ਦੀ ਮ੍ਰਿਤਿਊ ਹੋ ਚੁੱਕੀ ਹੈ, ਜੋ ਐਕਸ ਸਰਵਿਸਮੈਨ ਨੇ ਜਿਨ੍ਹਾਂ ਦੇ ਬੱਚੇ, ਉਹਨਾਂ ਨੂੰ ਸੀਟਾਂ ਦਿੱਤੀਆਂ ਜਾਣਗੀਆਂ ਜੀ। ਪੋਸਟਾਂ ਦੀ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ। ਇਲੈਕਟ੍ਰੀਸ਼ਨ ਦੀਆਂ ਨੇ ਜੀ, ਐੱਸ ਸੀ ਦੀਆਂ 11 ਨੇ ਜੀ, ਐੱਸ ਟੀ ਦੀਆਂ 5 ਨੇ ਜੀ, ਓ ਬੀ ਸੀ ਦੀਆਂ 19 ਨੇ ਜੀ, ਜਰਨਲ ਦੀਆਂ 35 ਨੇ ਜੀ। ਟੋਟਲ 70 ਪੋਸਟਾਂ ਨੇ ਜੀ। ਪੀ ਡਬਲਿਊ ਡੀ ਲਈ 2 ਨੇ ਜੀ, ਐਕਸ ਸਰਵਿਸਮੈਨ ਲਈ 2 ਨੇ ਜੀ। ਮਕੈਨਿਕ ਡੀਜ਼ਲ ਦੀਆਂ ਨੇ ਜੀ 6 ਪੋਸਟਾਂ ਨੇ, ਐੱਸ ਸੀ ਦੀਆਂ 3 ਪੋਸਟਾਂ ਨੇ, ਐੱਸ ਟੀ ਦੀਆਂ, ਓ ਬੀ ਸੀ ਦੀਆਂ 11 ਨੇ ਜੀ, ਜਰਨਲ ਦੀਆਂ 20 ਨੇ ਜੀ, ਟੋਟਲ 40 ਨੇ ਜੀ। ਪੀ ਡਬਲਿਊ ਡੀ ਦੀ 1 ਆ ਜੀ, ਐਕਸ ਸਰਵਿਸਮੈਨ ਦੀ 1 ਪੋਸਟ ਆ ਜੀ। ਮਕੈਨਿਸਟਰੀ ਦੀ ਪੋਸਟਾਂ ਨੇ ਜੀ 5, ਐੱਸ ਸੀ ਦੀਆਂ ਨੇ ਜੀ, ਐੱਸ ਟੀ ਦੀਆਂ 2 ਨੇ ਜੀ, ਓ ਬੀ ਸੀ ਦੀਆਂ 9 ਨੇ ਜੀ, ਜਰਨਲ ਦੀਆਂ 16 ਨੇ ਜੀ, ਟੋਟਲ 32 ਪੋਸਟਾਂ ਨੇ ਜੀ। 1 ਪੋਸਟ ਹੈ ਪੀ ਡਬਲਿਊ ਡੀ ਦੀ, 1 ਪੋਸਟ ਹੈ ਐਕਸ ਸਰਵਿਸਮੈਨ ਦੀ। ਫਿਟਰ ਦੀਆਂ ਪੋਸਟਾਂ ਨੇ ਜੀ 3 ਨੇ, ਐੱਸ ਸੀ ਦੀਆਂ 2 ਨੇ ਜੀ, ਐੱਸ ਟੀ ਦੀਆਂ, ਓ ਬੀ ਸੀ ਦੀਆਂ 6 ਨੇ ਜੀ, ਜਰਨਲ ਦੀਆਂ 12 ਨੇ ਜੀ, ਟੋਟਲ 23 ਪੋਸਟਾਂ ਨੇ ਜੀ। 1 ਪੋਸਟ ਹੈ ਜੀ ਪੀ ਡਬਲਿਊ ਡੀ ਦੀ, 1 ਪੋਸਟ ਹੈ ਜੀ ਐਕਸ ਸਰਵਿਸਮੈਨ ਦੀ। ਵੈਲਡਰ ਦੀਆਂ ਪੋਸਟਾਂ ਨੇ ਜੀ 3, ਐੱਸ ਸੀ ਦੀਆਂ ਨੇ ਜੀ, ਐੱਸ ਟੀ ਦੀ 1 ਆ ਜੀ, ਓ ਬੀ ਸੀ ਦੀਆਂ 5 ਨੇ ਜੀ, ਜਰਨਲ ਦੀ 8 ਨੇ ਜੀ, ਟੋਟਲ 17 ਨੇ ਜੀ। ਪੀ ਡਬਲਿਊ ਡੀ ਦੀ 1 ਆ ਜੀ, ਐਕਸ ਸਰਵਿਸਮੈਨ ਦੀ 1 ਆ ਜੀ। ਟੋਟਲ ਪੋਸਟਾਂ ਨੇ ਐੱਸ ਸੀ ਦੀਆਂ 28, ਐੱਸ ਟੀ ਦੀਆਂ 13 ਨੇ ਜੀ, ਓ ਬੀ ਸੀ ਦੀਆਂ 50 ਨੇ ਜੀ, ਜਰਨਲ ਦੀਆਂ 91 ਨੇ ਜੀ। ਟੋਟਲ 182 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ, ਜਿਹਦੇ ਵਿੱਚ 3% ਆਰਕਸ਼ਣ ਦਿੱਤਾ ਜਾਵੇਗਾ ਜੀ। ਪੀ ਡਬਲਿਊ ਡੀ ਜੋ ਕੈਂਡੀਡੇਟਸ ਨੇ ਜੀ ਜਾਂ ਐਕਸ ਸਰਵਿਸਮੈਨ ਦੇ ਜੋ ਬੱਚੇ ਨੇ, ਉਹਨਾਂ ਨੂੰ 3% ਆਰਕਸ਼ਣ ਦਿੱਤਾ ਜਾਵੇਗਾ। ਹੈਂਡੀਕੈਪਟ ਨੇ ਜੋ ਓ ਐੱਚ, ਫਿਟਰ, ਵੈਲਡਰ, ਇਲੈਕਟ੍ਰੀਸ਼ਨ, ਮਸ਼ੀਨਿਸਟ, ਮਕੈਨਿਕ, ਡੀਜ਼ਲ ਦੀਆਂ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ ਜੀ। ਬੀ ਐੱਚ ਨੇ ਜੀ ਜੋ ਫਿਟਰ, ਇਲੈਕਟ੍ਰੀਸ਼ਨ, ਮਕੈਨਿਸਟ, ਮਕੈਨਿਕ, ਡੀਜ਼ਲ ਦੀਆਂ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ ਜੀ। ਐੱਚ ਐੱਚ ਨੇ ਜੀ ਫਿਟਰ, ਵੈਲਡਰ, ਇਲੈਕਟ੍ਰੀਸ਼ਨ, ਮਕੈਨਿਸਟ, ਮਕੈਨਿਕ, ਡੀਜ਼ਲ ਦੀਆਂ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ ਜੀ। ਦੋਸਤੋ ਪੋਸਟਾਂ ਨੇ ਜੀ ਅਪ੍ਰੈਂਟਿਸ ਦੀਆਂ ਪੋਸਟਾਂ ਨੇ ਜੀ। ਪੋਸਟ ਨੰਬਰ 1 ਜੀ ਇਲੈਕਟ੍ਰੀਸ਼ਨ ਲਈ, ਪਲੱਸ 2 ਇਹਨਾਂ ਨੇ ਕੰਪਲੀਟ ਕੀਤੀ ਆ, ਵਿਗਿਆਨ ਅਤੇ ਗਣਿਤ ਵਿੱਚ 50% ਨੰਬਰਾਂ ਨਾਲ ਤਾਂ ਅਪਲਾਈ ਕਰ ਸਕਦੇ ਨੇ ਜੀ। ਕੇਵਲ ਇਲੈਕਟ੍ਰੀਸ਼ਨ ਟ੍ਰੇਡ ਵਿੱਚ ਇਹਨਾਂ ਨੇ ITI ਪਾਸ ਕੀਤੀ ਹੋਣੀ ਜ਼ਰੂਰੀ ਹੈ ਜੀ। ਨੰਬਰ 2 ਜੀ ਮਕੈਨਿਸਟ ਦੀ ਪੋਸਟ ਹੈ ਜੀ, 12ਵੀਂ ਇਹਨਾਂ ਨੇ ਪਾਸ ਕੀਤੀ ਆ 50% ਨੰਬਰਾਂ ਨਾਲ। ਮਕੈਨਿਕ ਡੀਜ਼ਲ ਟ੍ਰੇਡ ਵਿੱਚ ਇਹਨਾਂ ਨੇ ITI ਪਾਸ ਕੀਤੀ ਆ, ਅਪਲਾਈ ਕਰ ਸਕਦੇ ਨੇ ਜੀ। ਪੋਸਟ ਨੰਬਰ 3 ਜੀ ਮਨਿਸਟਿਸਟ ਦੀ ਪੋਸਟ ਹੈ ਜੀ, ਪਲੱਸ 2 ਇਹਨਾਂ ਨੇ ਪਾਸ ਕੀਤੀ ਆ 50% ਨੰਬਰਾਂ ਨਾਲ, ITI ਇਹਨਾਂ ਨੇ ਪਾਸ ਕੀਤੀ ਆ, ਇਸੀ ਟ੍ਰੇਡ ਵਿੱਚ ਅਪਲਾਈ ਕਰ ਸਕਦੇ ਨੇ ਜੀ। ਨੰਬਰ 4 ਜੀ ਫਿਟਰ ਦੀ ਪੋਸਟ ਹੈ ਜੀ, 12ਵੀਂ ਇਹਨਾਂ ਨੇ ਪਾਸ ਕੀਤੀ ਆ 50% ਨੰਬਰਾਂ ਨਾਲ, ਔਰ ਫਿਟਰ ਟ੍ਰੇਡ ਵਿੱਚ ITI ਪਾਸ ਕੀਤੀ ਹੈ ਤਾਂ ਅਪਲਾਈ ਕਰ ਸਕਦੇ ਨੇ ਜੀ। ਨੰਬਰ 5 ਜੀ ਵੈਲਡਰ ਦੀ ਪੋਸਟ ਹੈ ਜੀ, 8ਵੀਂ ਇਹਨਾਂ ਨੇ ਪਾਸ ਕੀਤੀ ਹੈ ਵੈਲਡਰ ਟ੍ਰੇਡ ਵਿੱਚ ਤਾਂ ਅਪਲਾਈ ਕਰ ਸਕਦੇ ਨੇ ਜੀ। ਆਯੂ ਸੀਮਾ ਜੀ 15 ਤੋਂ ਲੈ ਕੇ 24 ਬਰਸ ਤੱਕ ਹੈਗੀ ਹੈ ਤਾਂ ਅਪਲਾਈ ਕਰ ਸਕਦੇ ਨੇ ਜੀ। ਵੈਲਡਰ ਦੀ ਪੋਸਟ ਲਈ ਜੀ 15 ਤੋਂ 22 ਹੈ ਤਾਂ ਅਪਲਾਈ ਕਰ ਸਕਦੇ ਨੇ ਜੀ। ਏ ਰਿਲੈਕਸੇਸ਼ਨ ਵੀ ਦਿੱਤਾ ਜਾਏਗਾ ਕੈਟਾਗਰੀ ਵਾਈ। ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਜੀ, ਐਪਲੀਕੇਸ਼ਨ ਫੀਸ 100 ਰੁਪਏ ਰੱਖੀ ਗਈ ਆ, 100 ਰੁਪਏ ਦਾ ਇਹਨਾਂ ਨੇ ਫੀਸ ਪੇਮੈਂਟ ਕਰਨੀ ਹੋਵੇਗੀ। ਆਵੇਦਨ ਮੈਂ ਤੁਹਾਨੂੰ ਦੱਸ ਦਿੱਤਾ ਜੀ, ਤੁਸੀਂ ਔਨਲਾਈਨ ਆਵੇਦਨ ਕਰਨਾ ਜੀ। ਲਾਸਟ ਡੇਟ ਹੈ 26/3/2020 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਦੋਸਤੋ ਜੋ ਔਨਲਾਈਨ ਤੁਸੀਂ ਆਵੇਦਨ ਕਰਨਾ, ਇਹਨਾਂ ਨੇ ਚੰਗੀ ਤਰ੍ਹਾਂ ਦੱਸਿਆ ਜੀ ਕਿਸ ਤਰ੍ਹਾਂ ਤੁਸੀਂ ਆਵੇਦਨ ਕਰਨਾ। ਤੁਸੀਂ ਇਹਨੂੰ ਫਿਲ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ, ਪੜ੍ਹਨ ਤੋਂ ਬਾਅਦ ਹੀ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਜੀ। ਉਮੀਦ ਕਰਦਾ ਹਾਂ ਮੇਰੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਫਿਰ ਮਿਲਾਂਗੇ ਇੱਕ ਨਵੀਂ ਭਰਤੀ ਦੀਆਂ ਨੋਟੀਫਿਕੇਸ਼ਨ ਦੇ ਨਾਲ।